Hello friends and viewers, my name is Gurpreet Kaur. I am your IELTS trainer. You are learning from me from last, I think, 20 days, and you are passing me the good compliments which motivates me to make these kind of videos in the future. Today we are going to talk about the reading. If you like this video, please like and also subscribe to my channel. Let's start with the video, guys. In today's video, we are going to talk about the reading questions, that how many type of questions are asked in reading and how these are sequenced. In a typical reading test, you can find 8 to 9 type of questions. Like, I am going to show you this thing also. Like, I have academic 12 IELTS book, from where I am going to show you that how many type of questions are there in the reading. Like, this is the first passage. Okay, we have 1 to 13 questions. This is first type of question and second type of question. Third type of question, complete the sentences, and after true false. And we have list of headings. This are five type of questions, and after that we have another type of question, six and seven. Okay, in this way we have 7 to 8 or 8 to 9 type of questions in every passage, and every passage in a sequence. Okay, like, we should have a question type in a passage which should be in sequence. One question type ਇਦਾਂ ਦਾ ਹੋਊਗਾ ਜਿਹੜਾ ਸੀਕੁਐਂਸ ਦੇ ਵਿੱਚ ਹੋਊਗਾ, ਜਿਵੇਂ ਕਿ ਆਪਾਂ ਹੋਣੇ ਵਾਲਾ ਹੀ ਟੈਸਟ ਮੈਂ ਤੁਹਾਨੂੰ ਦਿਖਾ ਦਵਾਂ ਕਿ ਹੋਣੇ ਆਪਾਂ ਦੇਖਿਆ ਕਿ ਇਹਦੇ ਵਿੱਚ ਆਪਣੇ ਕੋਲ ਕੁਐਸਚਨ ਟਾਈਪ ਸੀਗੇ. ਫਸਟ ਸੀਗਾ ਟਰੂ ਫਾਲਸ. ਟਰੂ ਫਾਲਸ ਮੈਂ ਤੁਹਾਨੂੰ ਦੱਸਿਆ ਹੋਇਆ ਹਮੇਸ਼ਾ ਸੀਕੁਐਂਸ ਦੇ ਵਿੱਚ ਹੁੰਦੇ ਆ. ਆਫਟਰ ਦੈਟ ਵੀ ਹੈਵ ਕੰਪਲੀਟ ਦਾ ਨੋਟਸ ਬਿਲੋ, ਦਿਸ ਇਜ਼ ਆਲਸੋ ਇਨ ਸੀਕੁਐਂਸ. ਫਿਰ ਆਪਣੇ ਕੋਲ ਸੀ ਕੰਪਲੀਟ ਦਾ ਸੈਂਟੈਂਸਿਸ, ਇਹ ਵੀ ਸੀਕੁਐਂਸ ਦੇ ਵਿੱਚ ਹੁੰਦੇ ਆ. ਟਰੂ ਫਾਲਸ ਵੀ ਹਮੇਸ਼ਾ ਸੀਕੁਐਂਸ ਦੇ. ਹੈਡਿੰਗਸ ਜਿਹੜੀਆਂ ਕਦੇ ਵੀ ਸੀਕੁਐਂਸ ਦੇ ਵਿੱਚ ਨਹੀਂ ਹੁੰਦੀਆਂ, ਬਟ ਆਪਾਂ ਨੂੰ ਇਹਦੇ ਵਿੱਚ ਕੁਐਸਚਨ ਦਿੱਤੇ ਹੋਏ ਯੈਸ ਨੋ ਅਤੇ ਨੋਟ ਗਿਵਨ, ਕਿਉਂਕਿ ਇਹ ਹਮੇਸ਼ਾ ਸੀਕੁਐਂਸ ਦੇ ਵਿੱਚ ਹੁੰਦੇ. ਸਮਰੀ ਕੈਨ ਬੀ ਇਨ ਸੀਕੁਐਂਸ ਔਰ ਕੈਨ ਨੋਟ ਬੀ ਇਨ ਸੀਕੁਐਂਸ. ਅਤੇ ਜਦੋਂ ਵੀ ਤੁਸੀਂ ਕੋਈ ਵੀ ਕੁਐਸਚਨ ਟਾਈਪ ਕਰਨ ਲੱਗਣੇ ਆ, ਜਿਵੇਂ ਕੋਈ ਵੀ ਮੈਂ ਫਸਟ ਟਾਈਪ ਆਫ ਕੁਐਸਚਨ ਆ, ਆਈ ਆਲਵੇਜ਼ ਟਰਾਈ ਟੂ ਰੀਡ ਫਸਟ ਆਫ ਬੋਥ ਟਾਈਪ. ਠੀਕ ਹੈ, ਜਿਵੇਂ ਮੇਰੇ ਕੋਲ ਇਹਦੇ ਵਿੱਚ ਹੀ, ਜਿਵੇਂ ਆਪਣੇ ਕੋਲ ਸੀ ਕੁਐਸਚਨ ਫਸਟ ਟੈਸਟ ਦੇ ਵਿੱਚ, ਮੈਂ ਇਹ ਵਾਲੇ ਕੁਐਸਚਨ ਲੈ ਲਵਾਂ ਟਰੂ ਫਾਲਸ. ਫਸਟ ਆਫ ਆਲ ਮੈਂ ਇਹ ਵੀ ਕੁਐਸਚਨ ਰੀਡ ਕਰ ਲੂੰਗੀ, ਦ ਕੋਰਕ ਓਕ ਹੈਜ਼ ਦ ਥਿਕੈਸਟ ਬਾਰਕ ਆਫ ਐਨੀ ਲਿਵਿੰਗ ਟਰੀ. ਇਹ ਤਾਂ ਕੁਐਸਚਨ ਮੈਂ ਰੀਡ ਕਰ ਹੀ ਲਿਆ. ਉਸ ਤੋਂ ਬਾਅਦ ਮੈਂ ਨਾਲ ਦੀ ਨਾਲ ਕੰਪੈਰੀਜ਼ਨ ਵਾਲੇ ਜਿਹੜੇ ਆ ਫਿਲਪਸ ਦੇ ਕੁਐਸਚਨ ਆ, ਇਹ ਵੀ ਰੀਡ ਕਰ ਲੂੰਗੀ. ਐਡਵਾਂਟੇਜ ਆਫ ਐਨੀਮਲ ਐਲਮੀਨੀਅਮ ਸਕਿਊ ਕੈਪਸ. ਠੀਕ ਹੈ, ਐਡਵਾਂਟੇਜਸ ਕੀ ਆ, ਤਾਂ ਕਿ ਜਦੋਂ ਵੀ ਮੈਨੂੰ ਕੁਐਸਚਨ ਇਹ ਸੀਕੁਐਂਸ ਦੇ ਵਿੱਚ ਆਉਣਗੇ, ਕਿਉਂਕਿ ਇਹਦੇ ਸੀਕੁਐਂਸ ਫਸਟ ਦੇ ਵਿੱਚ ਹੀ ਹੁੰਦੇ ਆ. ਕਈ ਵਾਰੀ ਕੀ ਹੁੰਦਾ, ਸਾਈਮਲਟੇਨੀਅਸਲੀ ਚੱਲਦੇ ਆ ਦੋਨੋਂ ਟਾਈਪ ਦੇ ਕੁਐਸਚਨ. ਕਈ ਵਾਰੀ ਇੱਕ ਕੁਐਸਚਨ ਖਤਮ ਹੋ ਕੇ ਉਸ ਤੋਂ ਬਾਅਦ ਦੂਜੇ ਟਾਈਪ ਦੇ ਕੁਐਸਚਨਸ ਆਉਂਦੇ ਆ, ਤਾਂ ਕਿ ਮੇਰਾ ਕਿ ਟਾਈਮ ਵੇਸਟ ਨਾ ਹੋਵੇ. ਜਦੋਂ ਵੀ ਇਵੇਂ ਮੈਨੂੰ ਇੱਧਰਲਾ ਕੋਈ ਕੁਐਸਚਨ ਮਿਲਣ ਦੀ ਲੱਗੇ, ਐਡਵਾਂਟੇਜਸ ਮੈਨੂੰ ਦਿਖਣ ਕਿਤੇ ਵੀ, ਬੈਨੀਫਿਟਸ, ਮੈਰਿਟਸ, ਐਡਵਾਂਟੇਜਸ, ਪ੍ਰੋਜ, ਇੱਦਾਂ ਦਾ ਮੈਨੂੰ ਕੁਝ ਦਿਖੇ, ਦੈਨ ਆਈ ਕੈਨ ਫਾਈਂਡ ਦੀਸ ਕੁਐਸਚਨ ਐਜ਼ ਵੈਲ ਸਾਈਮਲਟੇਨੀਅਸਲੀ, ਜਿਹਦੇ ਨਾਲ ਕਿ ਮੇਰਾ ਟਾਈਮ ਹੈ ਜਿਹੜਾ, ਟਾਈਮ 20 ਮਿੰਟਸ ਦੇ ਵਿੱਚ ਇਹ ਕੰਪਲੀਟ ਹੋ ਜੂਗਾ ਤੁਹਾਡਾ ਟੈਸਟ. ਜਿਹੜਾ ਇੱਕ ਸੈਕਸ਼ਨ ਆ ਉਹ 20 ਮਿੰਟਸ ਦੇ ਵਿੱਚ ਕੰਪਲੀਟ ਹੋ ਜੂਗਾ. ਹਰ ਇੱਕ ਟੈਸਟ ਦੇ ਵਿੱਚ ਤਿੰਨ ਤਰ੍ਹਾਂ ਦੇ ਕੁਐਸਚਨਸ, ਤਿੰਨ ਤਰ੍ਹਾਂ ਦੇ ਪੈਸੇਜਸ ਹੁੰਦੇ ਆ. ਈਜ਼ੀ ਹੁੰਦਾ, ਮੋਡਰੇਟ ਹੁੰਦਾ ਅਤੇ ਡਿਫੀਕਲਟ ਹੁੰਦਾ. ਸਮ ਟਾਈਮ ਫਸਟ ਵਨ ਇਜ਼ ਈਜ਼ੀ, ਸੈਕਿੰਡ ਵਨ ਇਜ਼ ਮੋਡਰੇਟ, ਥਰਡ ਵਨ ਇਜ਼ ਡਿਫੀਕਲਟ, ਔਰ ਵਾਈਸ ਵਰਸਾ. ਦੀਜ਼ ਕੈਨ ਬੀ ਇੰਟਰਚੇਂਜਡ, ਬਟ ਵੀ ਆਲਵੇਜ਼ ਹੈਵ ਈਜ਼ੀ, ਮੋਡਰੇਟ ਐਂਡ ਡਿਫੀਕਲਟ ਟਾਈਪ ਆਫ ਪੈਸੇਜਸ ਇਨ ਅ ਰੀਡਿੰਗ ਟੈਸਟ. ਵੀ ਕੈਨੋਟ ਸੇ ਦੈਟ that reading test was very difficult, was very challenging, because I wasn't able to find any kind of the questions, or I cannot able to find any kind of the answers of the questions, because these are very difficult. As I had said earlier, take two questions simultaneously. Like, if they have given the questions true, false, not given, and you have the headings, you should not do first,
यू शुड ट्राई टू डू द क्वेश्चंस विच आर इन सीक्वेंस फर्स्ट बाय विच यू विल बी एबल टू फाइंड मोर क्वेश्चंस इन लेस टाइम एंड ऑलवेज स्पेंड 20 मिनट्स ऑन ईच पैसेज बिकॉज समटाइम्स students try to find the whole kind of questions, every question, like we have 13 questions, they try to find 13 questions and they sometimes waste their time because in the reading task, 3 to 4 questions are very tricky, which cannot be found with less concentration or which cannot be found with tension on mind. So, we should not try to do all kind of questions. We should only spend 20 minutes on every question by which you will be able to complete the test on time. And you, if you have left with time, then you can complete the remaining questions which you have left. Okay. This is end of our today's video. I think you have learned a lot from this. In today's video, we have learned regarding reading section, which is the most difficult for the most of the students who are going to give IELTS examination or who have given this examination due to the question types. And I think this video will be useful for you because in this video I have discussed regarding the sequence of the question by which you will not waste your time in your IELTS examination when you are going to give IELTS exam. If you like this video, please hit the like button, also subscribe to my channel and share this with others as well who are going to give IELTS examination. Thank you guys and have a nice day.